ਇਹ ਪਹੁੰਚੇ ਵਾਰਦਾਤ ਕਰਨ ਤੋਂ ਬਾਅਦ ਪਿੰਡ ਪੁੱਠ ਕਲਾਂ। ਪੁੱਠ ਕਲਾਂ ਦੇ ਵਿੱਚ ਸੁੱਚਾ ਸਿੰਘ ਦਾ ਜਿਹੜਾ ਪਾਰਟਨਰ ਸੀ ਸੁਖਲਾਲ, ਉਹਦਾ ਦੋਸਤ ਖੁਸ਼ੀ ਰਾਮ ਰਹਿੰਦਾ ਸੀ, ਜੋ ਇਹਨਾਂ ਨੇ ਪਹਿਲਾਂ ਤੈਅ ਕੀਤਾ ਹੋਇਆ ਸੀ। ਇਹ ਸਾਰੇ ਖੁਸ਼ੀ ਰਾਮ ਦੇ ਘਰ ਪਹੁੰਚੇ, ਰਾਤ ਇਹਨਾਂ ਨੇ ਉੱਥੇ ਕੱਟੀ। ਅਗਲੇ ਦਿਨ ਕਰੀਬ 11 ਵਜੇ ਸੁਖਲਾਲ ਹੈ ਜਿਹੜਾ, ਉਹ ਇਹਨਾਂ ਦੇ ਵਾਸਤੇ ਕੱਪੜੇ ਲੈ ਕੇ ਅਤੇ ਹੋਰ ਪੈਸਾ ਟਕਾ ਲੈ ਕੇ ਪਹੁੰਚਿਆ ਤਾਂ ਕਿ ਇਹ ਸਾਰੇ ਲੋਕ ਉੱਥੋਂ ਫਰਾਰ ਹੋ ਸਕਣ। ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਕਤਲ ਨੂੰ 24 ਘੰਟੇ ਉਦੋਂ ਹੋ ਗਏ ਸੀ ਅਤੇ 24 ਘੰਟੇ ਹੋਣ ਤੋਂ ਬਾਅਦ ਥਾਂ ਥਾਂ ਚੈਕਿੰਗ ਅਤੇ ਨਾਕੇਬੰਦੀ ਹੋ ਰਹੀ ਸੀ, ਛਾਪੇਮਾਰੀਆਂ ਹੋ ਰਹੀਆਂ ਸੀ, ਇਸ ਕਰਕੇ ਸਾਰਿਆਂ ਦਾ ਇਕੱਠਾ ਨਿਕਲਣਾ ਬੜਾ ਮੁਸ਼ਕਿਲ ਸੀ। ਇਹ ਸਾਰੇ ਲੋਕ ਇੱਕ ਇੱਕ ਕਰਕੇ ਨਿਕਲੇ। ਸਭ ਤੋਂ ਪਹਿਲਾਂ ਇਹਨਾਂ ਨੇ ਇੱਕ ਹਰਿਆਣਵੀ ਦਾ ਭੇਸ ਬਣਾ ਕੇ ਬਲਦੇਵ ਸਿੰਘ ਸੰਘਾ ਨੂੰ ਕੱਢਿਆ, ਜਿਹਨੂੰ ਰਾਜਸਥਾਨ ਚੜ੍ਹਾਤਾ। ਉਸ ਤੋਂ ਬਾਅਦ ਬਾਕੀ ਦੇ ਲੋਕ ਹੈਗੇ ਜਿਹੜੇ, ਉਹ ਇੱਕ ਇੱਕ ਕਰਕੇ ਦਿੱਲੀ ਪਹੁੰਚੇ। ਸੁੱਚਾ ਸਿੰਘ ਕਈ ਦਿਨ ਦਿੱਲੀ ਦੇ ਵਿੱਚ ਹੀ ਠਹਿਰਿਆ ਅਤੇ ਜਿਹੜੇ ਨਾਰ ਸਿੰਘ ਫੌਜੀ ਅਤੇ ਦਇਆ ਸਿੰਘ ਸੀਗੇ, ਇਹ ਦਿੱਲੀ ਤੋਂ ਰੇਲ ਗੱਡੀ ਦੇ ਰਾਹੀਂ, ਟ੍ਰੇਨ ਦੇ ਰਾਹੀਂ ਧੂਰੀ ਪਹੁੰਚ ਗਏ। ਸੁੱਚਾ ਸਿੰਘ ਕੁਛ ਦਿਨ ਦਿੱਲੀ ਦੇ ਵਿੱਚ ਹੀ ਰਿਹਾ ਅਤੇ ਫਿਰ ਉੱਥੋਂ ਇਹ, ਜਦੋਂ ਥੋੜ੍ਹਾ ਜਿਹਾ ਮਾਮਲਾ ਠੰਡਾ ਪਿਆ ਤਾਂ ਫਿਰ ਉੱਥੋਂ ਇਹ ਉੱਤਰ ਪ੍ਰਦੇਸ਼ ਦੇ ਤਰਾਈ ਵਾਲੇ ਖੇਤਰ ਦੇ ਵਿੱਚ ਨਿਕਲ ਗਿਆ। ਜਦੋਂ ਪੁਲਿਸ ਸਿਆਸੀ ਐਂਗਲ ਤੋਂ ਜਾਂਚ ਕਰਕੇ ਪੁਲਿਸ ਦੇ ਹੱਥ ਕੁਛ ਨਹੀਂ ਲੱਗਿਆ ਤਾਂ ਪੁਲਿਸ ਨੇ ਫਿਰ ਉਹਨਾਂ ਲੋਕਾਂ ਦੀ ਲਿਸਟ ਬਣਾਉਣੀ ਸ਼ੁਰੂ ਕੀਤੀ ਜਿਨ੍ਹਾਂ ਦਾ ਕਿਤੇ ਨਿੱਜੀ ਵੈਰ ਸੀ ਪ੍ਰਤਾਪ ਸਿੰਘ ਕੈਰੋਂ ਹੋਣਾ ਦੇ ਨਾਲ, ਜਿਹਦੇ ਵਿੱਚ ਸਭ ਤੋਂ ਜਿਹੜਾ ਟੌਪ 'ਤੇ ਫਿਰ ਨਾਂ ਆਇਆ ਉਹਦਾ ਗਾਇਬ ਹੋਣਾ ਔਰ ਉਹਦੀਆਂ ਇਸ ਤਰ੍ਹਾਂ ਦੀਆਂ ਐਕਟੀਵਿਟੀਜ਼ ਕਰਕੇ ਉਹ ਜਿਹੜਾ ਨਾਮ ਆਇਆ ਉਹ ਆਇਆ ਫਿਰ ਸਭ ਤੋਂ ਟੌਪ 'ਤੇ ਸੁੱਚਾ ਸਿੰਘ ਦਾ। ਫਿਰ ਸੁੱਚਾ ਸਿੰਘ ਨੂੰ ਲੱਭਣਾ ਸ਼ੁਰੂ ਕੀਤਾ ਤਾਂ ਸੁੱਚਾ ਸਿੰਘ ਫਰਾਰ ਸੀ ਔਰ ਪੁਰਾਣੇ ਕਤਲ ਕੇਸ ਦੇ ਵਿੱਚ ਭਗੌੜਾ ਵੀ ਸੀ, ਇਸ ਕਰਕੇ ਸੁੱਚਾ ਸਿੰਘ 'ਤੇ ਸ਼ੱਕ ਦੀ ਜਿਹੜੀ ਸੂਈ ਹੈਗੀ ਉਹ ਟਿੱਕ ਗਈ। ਸੁੱਚਾ ਸਿੰਘ ਦਾ ਮਗਰਾ ਕਰਦੀ ਹੋਈ ਪੰਜਾਬ ਪੁਲਿਸ ਪਹੁੰਚੀ ਦਿੱਲੀ, ਜਿੱਥੇ ਉਹਨਾਂ 2 ਬੰਦੇ ਹੈਗੇ ਜਿਹੜੇ ਪੰਜਾਬ ਪੁਲਿਸ ਨੂੰ ਨੇ ਉਹ ਸ਼ਾਰਟਲਿਸਟ ਕੀਤਾ, ਸੁਖਲਾਲ ਕੋਲੇ ਅਤੇ ਜਾਂ ਬਲਦੇਵ ਸੰਘਾ ਕੋਲੇ। ਬਲਦੇਵ ਸੰਘਾ ਵੀ ਭਗੌੜਾ ਸੀ, ਫਰਾਰ ਸੀ, ਇਸ ਕਰਕੇ ਪੁਲਿਸ ਹੈਗੀ ਜਿਹੜੀ ਉਹ ਪਹੁੰਚੀ ਸੁਖਲਾਲ ਦੇ ਹੋਟਲ ਸੁੰਦਰ ਮਹਿਲ ਦੇ ਵਿੱਚ ਦਿੱਲੀ। ਸੁਖਲਾਲ ਨੂੰ ਅਰੈਸਟ ਕਰ ਲਿਆ ਕਿ ਪੁਰਾਣੇ ਕੇਸ ਦੇ ਵਿੱਚ, ਉਹਦੇ ਤੋਂ ਪੁੱਛ ਪੜਤਾਲ ਕੀਤੀ ਗਈ, ਪਰ ਸੁਖਲਾਲ ਹੰਢਿਆ ਹੋਇਆ ਅਪਰਾਧੀ ਸੀ, ਪੁਲਿਸ ਨੂੰ ਚੱਕਰਾਂ 'ਚ ਪਾਈ ਰੱਖਿਆ, ਪੁਲਿਸ ਨੂੰ ਕੁਛ ਨਹੀਂ ਦੱਸਿਆ। ਆਖਰ ਪੁਲਿਸ ਦੇ ਹੱਥ, ਪੁਲਿਸ ਜਿਹੜੀ ਹੈਗੀ ਉਹਦੇ ਹੱਥ ਲੱਗ ਗਿਆ ਬਲਦੇਵ ਸੰਘਾ। ਬਲਦੇਵ ਸੰਘਾ ਥੋੜ੍ਹਾ ਜਿਹਾ ਕੱਚਾ ਅਪਰਾਧੀ ਸੀ, ਉਹਦੇ 'ਤੇ ਪੁਲਿਸ ਨੇ ਜਦੋਂ ਥੋੜ੍ਹੀ ਜਿਹੀ ਸਖਤੀ ਕੀਤੀ ਤਾਂ ਉਹ ਟੁੱਟ ਗਿਆ ਅਤੇ ਉਹਨੇ ਪੂਰੀ ਦੀ ਪੂਰੀ ਜਿਹੜੀ ਸਾਜਿਸ਼ ਸੀਗੀ ਉਹ ਸਾਰੀ ਉਗਲਤੀ ਪੁਲਿਸ ਦੇ ਅੱਗੇ ਕਿ ਕਿਵੇਂ ਕਿਵੇਂ ਜਿਹੜਾ ਕਤਲ ਹੈ ਉਹ ਕੀਤਾ ਗਿਆ। ਉਸ ਵਕਤ ਜਲੰਧਰ ਤੋਂ ਇੱਕ ਉਰਦੂ ਅਖਬਾਰ ਛਾਪਦਾ ਹੁੰਦਾ ਸੀ ਉਰਦੂ ਪ੍ਰਤਾਪ, ਉਹਦੇ 'ਚ ਸੁੱਚਾ ਸਿੰਘ ਦੀਆਂ ਫੋਟੋਆਂ ਕਢਾ ਤੀਆਂ। ਫੋਟੋਆਂ ਜਾਰੀ ਹੋਣ ਤੋਂ ਬਾਅਦ ਇਹ ਜਿਹੜਾ ਅਖਬਾਰ ਹੈ, ਇਹ ਭਾਰਤੀ ਫੌਜ ਦਾ ਇੱਕ ਅਫਸਰ ਸੀ ਜੋ ਕੈਪਟਨ ਦੇ ਰੈਂਕ 'ਤੇ ਸੀ ਤੈਨਾਤ, ਉਹਨਾਂ ਨੇ ਅਖਬਾਰ ਫੜ ਲਿਆ ਅਤੇ ਪੜ੍ਹਿਆ ਅਤੇ ਫੋਟੋਆਂ ਦੇਖ ਲਈਆਂ। ਉਸ ਆਫਿਸਰ ਦੇ ਵੱਲੋਂ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਗਈ, ਸਿੱਧੀ ਪ੍ਰਧਾਨ ਮੰਤਰੀ ਨੂੰ, ਕਿ ਇਸ ਹੁਲੀਏ ਦਾ ਆਦਮੀ ਜਿਹਨੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦਾ ਕਤਲ ਕੀਤਾ ਜਾਂ ਉਹਦੇ 'ਚ ਸ਼ਾਮਲ ਹੈ, ਇਸ ਹੁਲੀਏ ਦਾ ਆਦਮੀ ਮੇਰੇ ਉੱਤਰ ਪ੍ਰਦੇਸ਼ ਦੇ ਸਿਤਾਰਗੰਜ ਵਾਲੇ ਫਾਰਮ ਹਾਊਸ 'ਤੇ ਕੰਮ ਕਰਦਾ। ਪ੍ਰਧਾਨ ਮੰਤਰੀ ਨੇ ਤੁਰੰਤ ਇਹ ਜਿਹੜੀ ਚਿੱਠੀ ਸੀਗੀ ਉਹ ਪੰਜਾਬ ਸਰਕਾਰ ਨੂੰ ਫੋਰਵਰਡ ਕਰਤੀ, ਪੰਜਾਬ ਸਰਕਾਰ ਨੇ ਚਿੱਠੀ ਪੰਜਾਬ ਪੁਲਿਸ ਨੂੰ ਦਿੱਤੀ ਅਤੇ ਅੱਗੇ DIG ਅਸ਼ਵਨੀ ਕੁਮਾਰ, ਜਿਨ੍ਹਾਂ ਨੇ
ਜਿਹੜਾ ਪੂਰੇ ਦਾ ਪੂਰਾ ਕੇਸ ਹੈਗਾ ਜਿਹੜਾ ਉਹ ਬ੍ਰੇਕ ਕੀਤਾ ਅਤੇ ਸੁੱਚਾ ਸਿੰਘ ਨੂੰ ਕਾਬੂ ਵੀ ਉਹ ਕਰਕੇ ਲਿਆਏ ਅੱਗੇ ਜਾ ਕੇ ਨੇਪਾਲ ਜਾ ਕੇ, ਫਿਰ ਨੇਪਾਲ ਕਿਵੇਂ ਪਹੁੰਚਿਆ ਉਸ ਸਟੋਰੀ 'ਤੇ ਆਉਂਦੇ ਹਾਂ। ਤਾਂ ਅਸ਼ਵਨੀ ਕੁਮਾਰ ਨੂੰ ਤੁਰੰਤ ਇਹ ਹੈ ਕਿ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਕਿ ਸੁੱਚਾ ਸਿੰਘ ਨੂੰ ਅਰੈਸਟ ਕਰਕੇ ਲਿਆਓ, ਅਸ਼ਵਨੀ ਕੁਮਾਰ ਨੇ ਜਿਹੜੇ ਉਹ ਆਪਣੀ ਟੀਮ ਨੂੰ ਨਾਲ ਲੈ ਕੇ ਨਿਕਲ ਪਏ ਉੱਤਰ ਪ੍ਰਦੇਸ਼ ਦੇ ਸਿਤਾਰਗੰਜ ਦੇ ਵਿੱਚ। ਪਹਿਲਾਂ ਉਹ ਗਏ ਉਸੇ ਆਰਮੀ ਆਫਿਸਰ ਦੇ ਕੋਲ, ਕੈਪਟਨ ਦੇ ਕੋਲ, ਜਿਨ੍ਹਾਂ ਨੇ ਇਹ ਸੂਚਨਾ ਦਿੱਤੀ ਸੀਗੀ। ਉਹਨਾਂ ਨੂੰ ਨਾਲ ਲੈ ਕੇ ਉਸਦੇ ਫਾਰਮ ਹਾਊਸ 'ਤੇ ਪਹੁੰਚੇ ਸਿਤਾਰਗੰਜ, ਪਰ ਉੱਥੋਂ ਸੁੱਚਾ ਸਿੰਘ ਫਰਾਰ ਹੋ ਚੁੱਕਾ ਸੀ। ਆਲੇ ਦੁਆਲੇ ਦੀ ਨਿਗਾਹ ਜਾਂ ਜਿਹੜੀ ਜਾਣਕਾਰੀ ਹੈ ਸੁੱਚਾ ਸਿੰਘ ਪੂਰੀ ਰੱਖਦਾ ਸੀ, ਸੁੱਚਾ ਸਿੰਘ ਨੂੰ ਪਤਾ ਲੱਗ ਗਿਆ ਸੀ ਸੰਭਵ ਤੌਰ 'ਤੇ, ਅਤੇ ਉਹ ਫਰਾਰ ਹੋ ਗਿਆ ਸੀ। ਉੱਥੇ ਜਾ ਕੇ ਪੁਲਿਸ ਫਿਰ ਇੱਕ ਡੈੱਡ ਐਂਡ 'ਤੇ ਖੜ ਗਈ ਕਿ ਹੁਣ ਇਸ ਕੇਸ ਨੂੰ ਕਿੱਧਰ ਨੂੰ ਲੈ ਕੇ ਜਾਇਆ ਜਾਵੇ, ਜਾਂ ਕੋਈ ਜਾਣਕਾਰੀ ਨਹੀਂ ਹੈ, ਹੁਣ ਇੱਥੇ ਆ ਕੇ ਰਾਹ ਫਿਰ ਬੰਦ ਹੋ ਗਿਆ। ਪਰ ਇੱਕ ਆਸ ਦੀ ਕਿਰਨ ਹੈਗੀ ਜਿਹੜੀ ਉਹ ਫਿਰ ਨਿਕਲਿਆ ਜੀ, ਉਹ ਸੀ ਕਿ ਜਿਹੜੇ ਫੌਜ ਦੇ ਕੈਪਟਨ ਸੀ ਉਹਨਾਂ ਨੇ ਦੱਸਿਆ ਕਿ ਮੇਰੇ ਕੋਲ ਇਹ ਬੰਦਾ ਨਿਸ਼ਾਨ ਸਿੰਘ ਨੇ ਭੇਜਿਆ ਸੀ। ਨਿਸ਼ਾਨ ਸਿੰਘ ਦਾ ਫਾਰਮ ਹਾਊਸ ਜਿਹਦਾ ਨਾਂ ਸੀ ਫਗਵਾੜਾ ਫਾਰਮ ਹਾਊਸ, ਉਹ ਕੈਪਟਨ ਦੇ ਫਾਰਮ ਹਾਊਸ ਦੇ ਨੇੜੇ ਹੀ ਸੀ। ਸੋ ਤੁਰੰਤ ਪੁਲਿਸ ਪਹੁੰਚੀ ਅਤੇ ਨਿਸ਼ਾਨ ਸਿੰਘ ਨੂੰ ਚੱਕ ਲਿਆ ਗਿਆ। ਹੁਣ ਨਿਸ਼ਾਨ ਸਿੰਘ ਫਗਵਾੜੇ ਦਾ ਸੀ, ਇਸ ਕਰਕੇ ਲਿੰਕ ਸੁੱਚਾ ਸਿੰਘ ਦੇ ਨਾਲ ਨਿਕਲ ਆਇਆ। ਨਿਸ਼ਾਨ ਸਿੰਘ 'ਤੇ ਥੋੜ੍ਹੀ ਜਿਹੀ ਸਖਤੀ ਕੀਤੀ, ਪਰ ਨਿਸ਼ਾਨ ਸਿੰਘ ਵੀ ਜਿਹੜਾ ਸੁੱਚਾ ਸਿੰਘ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਸੀ। ਪਰ ਜਦੋਂ ਪੁਲਿਸ ਨੇ ਤਲਾਸ਼ੀ ਲਈ ਤਾਂ ਨਿਸ਼ਾਨ ਸਿੰਘ ਦੀ ਜੇਬ 'ਚੋਂ ਪੁਲਿਸ ਨੂੰ ਦੋ ਟਿਕਟਾਂ ਮਿਲੀਆਂ ਜੋ ਨੇਪਾਲ ਦੀਆਂ ਸੀ। ਹੁਣ ਇੱਥੋਂ ਪੁਲਿਸ ਨੂੰ ਜਿਹੜਾ ਹੈ ਸ਼ੱਕ ਹੋ ਗਿਆ ਡੀ ਆਈ ਜੀ ਅਸ਼ਵਨੀ ਕੁਮਾਰ ਨੂੰ। ਥੋੜ੍ਹੀ ਜਿਹੀ ਜਦੋਂ ਸੇਵਾ ਹੋਈ ਨਿਸ਼ਾਨ ਸਿੰਘ ਦੀ ਤਾਂ ਨਿਸ਼ਾਨ ਸਿੰਘ ਨੇ ਦੱਸਤਾ ਕਿ ਸੁੱਚਾ ਸਿੰਘ ਨੂੰ ਮੈਂ ਨੇਪਾਲ ਦੇ ਮਹਿੰਦਰਗੜ੍ਹ ਸ਼ਹਿਰ 'ਚ ਛੱਡ ਕੇ ਆਇਆ, ਉਹ ਜਾਂ ਤਾਂ ਇੱਕ ਸੇਠ ਹੈਗਾ ਉਹਦੇ ਕੋਲ ਕੰਮ 'ਤੇ ਹੋ ਸਕਦਾ ਲੱਗਿਆ ਹੋਵੇ ਅਤੇ ਉਹਦੇ ਇੱਕ ਚੁਬਾਰੇ ਦੇ ਵਿੱਚ ਮਿਲੂਗਾ, ਜਾਂ ਫਿਰ ਉਹਦਾ ਇੱਕ ਜਾਣਕਾਰ ਹੈਗਾ ਜਿਹੜਾ ਚਪੜਾਸੀ ਹੈ ਕਿਸੇ ਮਹਿਕਮੇ 'ਚ, ਜਾਂ ਉਹਦੇ ਘਰ ਮਿਲ ਸਕਦਾ। ਸੋ ਨਿਸ਼ਾਨ ਸਿੰਘ ਨੂੰ ਡੀ ਆਈ ਜੀ ਅਸ਼ਵਨੀ ਕੁਮਾਰ ਹੋਣਾ ਨੇ ਨਾਲ ਹੀ ਲੱਦਿਆ ਅਤੇ ਇਹ ਚੱਲ ਪਏ ਮਹਿੰਦਰਗੜ੍ਹ ਦੇ ਵੱਲ। ਹੁਣ ਇੱਥੇ ਜਾ ਕੇ ਇੱਕ ਬੜਾ ਦਿਲਚਸਪ ਜਿਹੜੀ ਘਟਨਾ ਹੈਗੀ ਉਹ ਆਉਂਦੀ ਹੈ, ਜਦੋਂ ਪੰਜਾਬ ਪੁਲਿਸ ਦੀ ਟੀਮ ਨੇ ਭਾਰਤ ਅਤੇ ਨੇਪਾਲ ਦੀ ਜਿਹੜੀ ਸਰਹੱਦ ਹੈ ਉਹ ਕ੍ਰੋਸ ਕਰਨੀ ਸੀਗੀ। ਉਹ ਫਿਰ ਡੀ ਆਈ ਜੀ ਅਸ਼ਵਨੀ ਕੁਮਾਰ ਨੇ ਬਾਅਦ ਦੇ ਵਿੱਚ ਜਿਹੜੀ ਹੈਗੀ ਕਿਸੇ ਅਖਬਾਰ ਨੂੰ ਇੰਟਰਵਿਊ ਦਿੱਤੀ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਡੀ ਆਈ ਜੀ ਹੁੰਦੇ ਹੋਏ ਇੱਕ ਬਿਲਕੁਲ ਛੋਟੇ ਰੈਂਕ ਦੇ ਜਿਹੜਾ ਮੁਲਾਜ਼ਮ ਸੀਗਾ ਉਹਨੂੰ 150 ਰੁਪਇਆ ਰਿਸ਼ਵਤ ਦੇ ਕੇ ਲੰਘਣਾ ਪਿਆ, ਕਿਉਂਕਿ ਉਹ ਜਿਹੜਾ ਮੁਲਾਜ਼ਮ ਸੀ ਉਹ ਅੜ ਗਿਆ ਕਿ ਮੈਂ ਜਾਣ ਨਹੀਂ ਦੇਣਾ ਤੁਹਾਨੂੰ, ਤੁਸੀਂ ਆਪਣਾ ਪਰਮਿਟ ਦਿਖਾਓ ਅਤੇ ਆਪਣੀਆਂ ਜਿਹੜੀਆਂ ਸ਼ਨਾਖਤੀ ਕਾਰਡ ਨੇ ਉਹ ਦਿਖਾਓ। ਹੁਣ ਡੀ ਆਈ ਜੀ ਇਸ ਗੱਲੋਂ ਡਰ ਰਹੇ ਸੀ ਕਿ ਜੇ ਕਿਤੇ ਸੁੱਚਾ ਸਿੰਘ ਵਾਲੀ ਸੂਚਨਾ ਲੀਕ ਹੋ ਗਈ ਤਾਂ ਫਿਰ ਨਾ ਕਿਤੇ ਉਹ ਭੱਜ ਜੇ, ਕਿਉਂਕਿ ਉਹ ਬੜਾ ਸ਼ਾਤਿਰ ਸੀ, ਕਿਸੇ 'ਤੇ ਯਕੀਨ ਨਹੀਂ ਸੀ ਕੀਤਾ ਜਾ ਸਕਦਾ। ਸੋ ਖੈਰ ਡੀ ਆਈ ਜੀ ਅਸ਼ਵਨੀ ਕੁਮਾਰ ਨੇ ਉੱਥੇ 150 ਰੁਪਇਆ ਰਿਸ਼ਵਤ ਹੈਗੀ ਜਿਹੜੀ ਉਹ ਉਹਨਾਂ ਨੇ ਦੱਸਿਆ ਬਾਅਦ ਦੇ ਵਿੱਚ ਇੰਟਰਵਿਊ 'ਚ ਕਿ 150 ਰੁਪਇਆ ਰਿਸ਼ਵਤ ਦਿੱਤੀ ਅਤੇ ਫਿਰ ਉਹ ਉੱਥੋਂ ਨਿਕਲੇ। ਆਖਰ ਨੂੰ ਪੁਲਿਸ ਹੈਗੀ ਜਿਹੜੀ ਪੰਜਾਬ ਪੁਲਿਸ ਦੀ ਟੀਮ ਉਹ ਪਹੁੰਚ ਗਈ ਮਹਿੰਦਰਗੜ੍ਹ। ਮਹਿੰਦਰਗੜ੍ਹ ਜਾ ਕੇ ਪੁਲਿਸ ਨੂੰ ਦੋ ਹਿੱਸਿਆਂ 'ਚ ਵੰਡਿਆ ਗਿਆ, ਇੱਕ ਹਿੱਸਾ ਇੰਸਪੈਕਟਰ ਸਾਧੂ ਸਿੰਘ ਦੀ ਅਗਵਾਈ ਦੇ ਵਿੱਚ ਜਿਹਦੇ ਮੂਹਰੇ ਲਾਇਆ ਗਿਆ ਨਿਸ਼ਾਨ ਸਿੰਘ ਨੇ, ਉਹਨੂੰ ਭੇਜਿਆ ਗਿਆ ਸੇਠ ਦੇ ਚੁਬਾਰੇ ਦੇ ਵੱਲ। ਦੂਜਾ ਹਿੱਸਾ ਡੀ ਆਈ ਜੀ ਅਸ਼ਵਨੀ ਕੁਮਾਰ ਹੋਰਾਂ ਨੇ ਖੁਦ ਲੀਡ ਕੀਤਾ ਅਤੇ ਉਹ ਗਿਆ ਜੋ ਸੰਭਵ ਚਪੜਾਸੀ ਦਾ ਘਰ ਸੀ ਉੱਧਰ ਵੱਲ। ਪਰ ਪੁਲਿਸ ਨੂੰ ਜ਼ਿਆਦਾ ਮਿਹਨਤ ਨਹੀਂ ਕਰਨੀ ਪਈ ਅਤੇ ਜਿਹੜਾ ਉਹ ਬਾਣੀਏ ਦਾ ਜਾਂ ਸੇਠ ਦਾ ਚੁਬਾਰਾ ਸੀਗਾ ਉੱਥੋਂ ਸੁੱਚਾ ਸਿੰਘ ਇਹਨਾਂ ਨੂੰ ਲੱਭ ਗਿਆ। ਥੋੜ੍ਹੀ ਬਹੁਤ
ਪੁਲਿਸ ਦੀ ਅਤੇ ਸੁੱਚਾ ਸਿੰਘ ਦੀ ਹੈਗੀ ਜਿਹੜੀ ਧੱਕਾ ਮੁੱਕੀ ਹੋਈ, ਕੁਛ ਕੁਸ਼ਤੀ ਹੋਈ ਅਤੇ ਪੁਲਿਸ 'ਤੇ ਹਮਲਾ ਕਰਨ ਦੀ ਕੋਸ਼ਿਸ਼ ਬੇਸ਼ੱਕ ਕੀਤੀ ਸੁੱਚਾ ਸਿੰਘ ਨੇ, ਪਰ ਸੁੱਚਾ ਸਿੰਘ ਕਾਬੂ ਕਰ ਲਿਆ ਕੁੱਲ ਮਿਲਾ ਕੇ। ਪਰ ਸੁੱਚਾ ਸਿੰਘ ਇਸ ਕਦਰ ਸ਼ਾਤਿਰ ਅਪਰਾਧੀ ਸੀਗਾ ਕਿ ਉਹਨੇ ਉੱਥੇ ਰੌਲਾ ਪਾਉਣਾ ਸ਼ੁਰੂ ਕਰਤਾ ਕਿ ਉਹਨੂੰ ਅਗਵਾ ਕੀਤਾ ਜਾ ਰਿਹਾ, ਕਿਡਨੈਪਰ ਆ ਪਏ ਹੈਗੇ। ਹੁਣ ਆਲੇ ਦੁਆਲੇ ਦੇ ਲੋਕ ਇਕੱਠੇ ਹੋ ਗਏ, ਪੁਲਿਸ ਬੁਲਾ ਲਈ ਗਈ, ਪੰਜਾਬ ਪੁਲਿਸ ਦੀ ਟੀਮ ਨੂੰ ਘੇਰਾ ਪਾ ਲਿਆ ਨੇਪਾਲ ਪੁਲਿਸ ਦੀ ਟੀਮ ਨੇ ਕਿ ਤੁਸੀਂ ਕਿਡਨੈਪਰ ਹੋ। ਹੁਣ ਸਾਦੇ ਕੱਪੜਿਆਂ 'ਚ ਪੁਲਿਸ ਸੀ, ਸੋ ਕੌਣ ਕਿਹਨੂੰ ਇਹ ਪਛਾਣ ਦਵਾਏ ਕਿ ਕੀ ਨੇ। ਡੀ ਆਈ ਜੀ ਅਸ਼ਵਨੀ ਕੁਮਾਰ ਵੀ ਪਹੁੰਚ ਗਏ, ਪਰ ਡੀ ਆਈ ਜੀ ਅਸ਼ਵਨੀ ਕੁਮਾਰ ਵੀ ਬੜੇ ਦੁਚਿੱਤੀ ਜਿਵੇਂ ਫਸ ਗਏ ਕਿ ਨੇਪਾਲ ਪੁਲਿਸ ਨੂੰ ਹੁਣ ਕਿਵੇਂ ਇਹ ਸਾਰੀਆਂ ਚੀਜ਼ਾਂ ਸਮਝਾਉਣ, ਵੀ ਸੁੱਚਾ ਸਿੰਘ ਕੌਣ ਹੈ, ਇਹਦਾ ਕਿਹੜੇ ਕਤਲ ਦੇ ਨਾਲ ਸੰਬੰਧ ਹੈ। ਸੋ ਕੋਈ ਵਾਹ ਨਾ ਚੱਲਦੀ ਦੇਖ ਕੇ ਡੀ ਆਈ ਜੀ ਅਸ਼ਵਨੀ ਕੁਮਾਰ ਨੇ ਉਸ ਵਕਤ, ਤੁਹਾਨੂੰ ਪਤਾ ਕਿ ਨਾ ਕਿਸੇ ਤਰ੍ਹਾਂ ਦੇ ਫੋਨ ਕਾਲ ਜਾਂ ਨਾ ਇੰਟਰਨੈਟ ਜਾਂ ਵਟਸਐਪ ਹੁੰਦੇ ਸੀ, ਸੋ ਡੀ ਆਈ ਜੀ ਅਸ਼ਵਨੀ ਕੁਮਾਰ ਨੇ ਆਪਣੇ ਦਿਮਾਗ ਤੋਂ ਕੰਮ ਲਿਆ ਅਤੇ ਉਹਨਾਂ ਨੇ ਫੈਸਲਾ ਕੀਤਾ ਕਿ ਅਰੈਸਟ ਦੇ ਦਿੱਤੀ ਜਾਵੇ। ਸੋ ਪੰਜਾਬ ਪੁਲਿਸ ਦੀ ਟੀਮ ਨੂੰ ਅਰੈਸਟ ਕਰ ਲਿਆ ਗਿਆ। ਡੀ ਆਈ ਜੀ ਅਸ਼ਵਨੀ ਕੁਮਾਰ ਨੇ ਜਿਹੜੀ ਪੁਲਿਸ ਟੀਮ ਨੇਪਾਲ ਦੀ ਉਹਨਾਂ ਨੂੰ ਫੜਨ ਆਈ ਸੀ, ਉਹਦੇ ਇੰਚਾਰਜ ਦੇ ਨਾਲ ਗੱਲ ਕੀਤੀ ਕਿ ਅਸੀਂ ਇੱਕ ਅਪਰਾਧੀ ਨੂੰ ਫੜਨ ਆਏ ਹਾਂ, ਇਹ ਬੰਦਾ ਅਪਰਾਧੀ ਹੈ, ਤੁਸੀਂ ਸਾਨੂੰ ਅਰੈਸਟ ਕਰ ਲਓ ਜੇ ਤੁਹਾਨੂੰ ਸਾਡੇ 'ਤੇ ਯਕੀਨ ਨਹੀਂ, ਪਰ ਇਹਨੂੰ ਵੀ ਨਾਲ ਅਰੈਸਟ ਕਰ ਲਓ, ਇਹਨੂੰ ਨਾ ਫਰਾਰ ਹੋਣ ਦੇ ਦਿਓ। ਸੋ ਦੋਵਾਂ ਧਿਰਾਂ ਨੂੰ, ਸੁੱਚਾ ਸਿੰਘ ਵੀ ਅਰੈਸਟ ਕਰ ਲਿਆ ਨੇਪਾਲ ਪੁਲਿਸ ਨੇ, ਔਰ ਜਿਹੜੀ ਪੰਜਾਬ ਪੁਲਿਸ ਦੀ ਟੀਮ ਸੀਗੀ ਉਹਨੂੰ ਵੀ ਅਰੈਸਟ ਕਰ ਲਿਆ। ਪੂਰੀ ਰਾਤ ਹੈਗੀ ਜਿਹੜੀ ਉਹ ਪੰਜਾਬ ਪੁਲਿਸ ਦੀ ਟੀਮ ਨੇ ਡੀ ਆਈ ਜੀ ਸਣੇ, ਇੰਸਪੈਕਟਰ ਸਣੇ ਔਰ ਬਾਕੀ ਦੇ ਅਫਸਰਾਂ ਦੇ ਮੁਲਾਜ਼ਮਾਂ ਦੇ ਸਣੇ ਹਵਾਲਾਤ 'ਚ ਕੱਟੀ, ਉਸੇ ਹਵਾਲਾਤ 'ਚ ਜਿਹਦੇ 'ਚ ਸੁੱਚਾ ਸਿੰਘ ਬੰਦ ਸੀ। ਅਗਲੇ ਦਿਨ ਦੁਪਹਿਰ ਹੋਣ ਤੱਕ ਭਾਰਤ ਸਰਕਾਰ ਨੂੰ ਜਿਹੜਾ ਮੈਸੇਜ ਆ ਉਹ ਪਹੁੰਚਾਤਾ ਗਿਆ ਅਤੇ ਭਾਰਤ ਸਰਕਾਰ ਨੇ ਜਿਹੜੀ ਹੈਗੀ ਗੱਲਬਾਤ ਸ਼ੁਰੂ ਕੀਤੀ ਨੇਪਾਲ ਸਰਕਾਰ ਦੇ ਨਾਲ। ਜਦੋਂ ਭਾਰਤ ਸਰਕਾਰ ਦੇ ਵੱਲੋਂ ਨੇਪਾਲ ਸਰਕਾਰ ਦੇ ਨਾਲ ਗੱਲਬਾਤ ਸ਼ੁਰੂ ਹੋਈ ਤਾਂ ਤੁਰੰਤ ਜਿਹੜਾ ਹੁਕਮ ਹੈ ਨੇਪਾਲ ਪੁਲਿਸ ਨੂੰ ਆ ਗਿਆ ਕਿ ਪੰਜਾਬ ਪੁਲਿਸ ਦੀ ਟੀਮ ਨੂੰ ਰਿਹਾਅ ਕਰੋ। ਪਰ ਸੁੱਚਾ ਸਿੰਘ 'ਤੇ ਗੱਲ ਆ ਕੇ ਫਿਰ ਅੜ ਗਈ, ਕਿਉਂਕਿ ਨੇਪਾਲ ਸਰਕਾਰ ਨੇ ਭਾਰਤ ਸਰਕਾਰ ਨੂੰ ਕਿਹਾ ਕਿ ਅਸੀਂ ਸੁੱਚਾ ਸਿੰਘ ਨੂੰ ਇਸ ਤਰੀਕੇ ਦੇ ਨਾਲ ਸਪੁਰਦ ਨਹੀਂ ਕਰ ਸਕਦੇ, ਕਿਉਂਕਿ ਸੁੱਚਾ ਸਿੰਘ ਦੇ ਆਪਣੇ ਜਿਹੜੇ ਮਨੁੱਖੀ ਹੱਕ ਨੇ, ਅਤੇ ਸੁੱਚਾ ਸਿੰਘ ਨੂੰ ਜੇ ਤੁਸੀਂ ਲੈ ਕੇ ਜਾਣਾ ਤਾਂ ਫਿਰ ਅਦਾਲਤੀ ਪ੍ਰਕਿਰਿਆ ਦੇ ਰਾਹੀਂ ਲੈ ਕੇ ਜਾਓ। ਸੋ ਪੰਜਾਬ ਪੁਲਿਸ ਦੀ ਟੀਮ ਹੈਗੀ ਜਿਹੜੀ ਪੰਜਾਬ ਪੁਲਿਸ ਆ ਉਹ ਬਿਲਕੁਲ ਜਾ ਕੇ ਸੁੱਚਾ ਸਿੰਘ ਨੂੰ ਹੱਥ ਪਾ ਕੇ ਫਿਰ ਖਾਲੀ ਹੱਥ ਰਹਿ ਗਿਆ। ਖੈਰ ਪੰਜਾਬ ਪੁਲਿਸ ਦੀ ਟੀਮ ਰਿਹਾਅ ਕਰਤੀ ਗਈ, ਪੰਜਾਬ ਪੁਲਿਸ ਦੀ ਟੀਮ ਹੈਗੀ ਜਿਹੜੀ ਉਹ ਪਹੁੰਚੀ ਵਾਪਸ ਭਾਰਤ ਖੁਦ। ਹਾਲਾਂਕਿ ਇਹਦੇ ਨਾਲ ਇਹ ਹੋਇਆ ਕਿ ਪੰਜਾਬ ਪੁਲਿਸ ਦੀ ਟੀਮ ਦਾ ਜਿਹੜਾ ਵਕਾਰ ਸੀ ਜਾਂ ਸਾਖ ਜਿਹੜੀ ਦਾਅ 'ਤੇ ਲੱਗੀ ਹੋਈ ਸੀਗੀ ਉਹ ਬਚਾ ਲਈ ਡੀ ਆਈ ਜੀ ਅਸ਼ਵਨੀ ਕੁਮਾਰ ਖੁਰਾ ਨੇ। ਖੁਦ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਪੂਰੀ ਦੀ ਪੂਰੀ ਪੁਲਿਸ ਟੀਮ ਨੂੰ ਬੁਲਾਇਆ ਅਤੇ ਉਹਨਾਂ ਦੀ ਬੜੀ ਪ੍ਰਸ਼ੰਸਾ ਹੋਈ, ਉਹਨਾਂ ਨੂੰ ਇਨਾਮ ਵਗੈਰਾ ਵੀ ਦਿੱਤਾ ਗਿਆ। ਉਸ ਤੋਂ ਬਾਅਦ ਕਾਰਵਾਈ ਚੱਲੀ ਫਿਰ ਸੁੱਚਾ ਸਿੰਘ ਨੂੰ ਭਾਰਤ ਲਿਆਉਣ ਦੀ। ਕੁਛ ਸਮਾਂ ਲੱਗਿਆ ਪਰ ਸੁੱਚਾ ਸਿੰਘ ਨੂੰ ਅਦਾਲਤੀ ਕਾਰਵਾਈ ਦੇ ਜ਼ਰੀਏ ਆ ਜਿਹੜਾ ਉਹ ਭਾਰਤ ਲਿਆਂਦਾ ਗਿਆ। ਸੁੱਚਾ ਸਿੰਘ, ਨਾਰ ਸਿੰਘ, ਫੌਜੀ ਦਇਆ ਸਿੰਘ ਇਹ ਸਾਰੇ ਹਾਰਡ ਕੋਰ ਕ੍ਰਿਮੀਨਲ ਸੀਗੇ। ਇਹਨਾਂ ਨੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਘਟਨਾਵਾਂ ਨੇ ਉਹ ਕੀਤੀਆਂ ਸੀਗੀਆਂ, ਬਹੁਤ ਸਾਰੀਆਂ ਡਕੈਤੀਆਂ, ਚੋਰੀਆਂ, ਹੱਤਿਆਵਾਂ ਇਹਨਾਂ ਨੇ ਕੀਤੀਆਂ ਸੀਗੀਆਂ। ਉਹ ਇੱਕ ਇੱਕ ਬੰਦਾ ਜਿਹੜਾ ਕੀ ਕਰੈਕਟਰ ਸੀਗਾ ਔਰ ਕੀ ਕਰਦਾ ਰਿਹਾ। ਇਹਨਾਂ ਦੇ ਵਿੱਚੋਂ ਸਿਰਫ ਬਲਦੇਵ ਸਿੰਘ ਹੈ ਜਿਹੜਾ ਉਹ ਪੜ੍ਹਿਆ ਲਿਖਿਆ ਮੁੰਡਾ ਸੀ, ਮਾਸਟਰਸ ਉਹਨੇ ਕੀਤੀ ਹੋਈ ਸੀ, ਪਰ ਉਹ ਗਲਤ ਸੰਗਤ ਕਰਕੇ ਇਹਨਾਂ ਦੇ ਵਿੱਚ ਸ਼ਾਮਿਲ ਹੋ ਗਿਆ। ਪਰ ਬਾਕੀ ਦੇ ਲੋਕ ਹੰਢੇ ਹੋਏ ਔਰ ਆਦਤਨ ਕ੍ਰਿਮੀਨਲ ਸੀਗੇ। ਹੁਣ ਇਹਨਾਂ ਨੇ ਕਿਹੜੀਆਂ ਕਿਹੜੀਆਂ ਕੀ ਵਾਰਦਾਤਾਂ ਕੀਤੀਆਂ ਸੀ ਉਹ ਕਿਸੇ ਦਿਨ ਕਿਸੇ ਹੋਰ ਵੀਡੀਓ ਦੇ ਵਿੱਚ ਉਹਦੇ 'ਤੇ ਚਰਚਾ ਕਰਾਂਗੇ।